ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਏਰੀਆ ਦੀਆਂ ਮੰਡੀਆਂ ਦੇ ਵਿੱਚ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਸੜਕਾਂ ਤੇ ਉਤਰ ਗਏ ਨੇ। ਦਰਸਲ ਆਰਐਫਕੇ ਵਿੱਚ ਪ੍ਰਸ਼ਾਸਨ ਅਤੇ ਆੜਤੀ ਆਮੋ ਸਾਹਮਣੇ ਹੋ ਗਏ ਨੇ, ਜਿਸਦੇ ਚਲਦਿਆਂ ਇਹ ਧਰਨਾ ਲਗਾਤਾਰ ਜਾਰੀ ਹੈ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਆਰਐਫਕੇ ਏਰੀਏ ਦੇ ਆੜਤੀਆਂ ਵੱਲੋਂ ਪ੍ਰਸ਼ਾਸਨ ਨੂੰ ਅੱਜ ਦੇ ਦਿੱਤੇ ਕਣਕ ਦੀ ਲਿਫਟਿੰਗ ਦੇ ਅਲਟੀਮੇਟਮ ਖਤਮ ਹੋਣ ਤੇ ਸਮੂਹ ਆੜਤੀਆਂ ਵੱਲੋਂ ਮਾਲਵਾ ਮਾਝਾ ਨੂੰ ਜੋੜਦੇ ਮੁੱਖ ਰੋਡ ਫਿਰੋਜ਼ਪੁਰ ਪੱਟੀ ਮੁੱਖ ਮਾਰਗ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਵੱਡੇ ਪੱਧਰ ਤੇ ਪੁਲਿਸ ਫੋਰਸ ਵੀ ਤੈਨਾਤ ਰਹੀ ਤੇ ਮੌਕੇ ਤੇ ਆੜਤੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਵੀ ਵੱਡਾ ਵਿੱਢਿਆ ਜਾਵੇਗਾ। ਧਰਨਾ ਪ੍ਰਦਰਸ਼ਨ ਜੀ ਇਹ ਮੰਡੀਆਂ ਦੇ ਵਿੱਚ ਬੋਰੀਆਂ ਦੇ ਮਾਲ ਲੱਗੇ ਪਏ ਤੁਲ ਕੇ 15 ਦਿਨ ਤੋਂ ਕਰੀਬ ਅੱਜ ਹੋ ਗਏ ਨੇ। ਸਾਡਾ ਮਾਲ ਰੋਜ਼ ਬੋਲੀ ਹੁੰਦੀ ਆ, ਤਕਰੀਬਨ ਇੱਕ ਦਿਨ ਛੱਡ ਕੇ ਬੋਰੀਆਂ ਭਰ ਕੇ ਸਿਲਾਈ ਕਰਕੇ ਟਰੱਕ ਲਾਈ ਜਾਂਦੇ ਆ। ਸਰਕਾਰ ਨੇ ਇੱਕ ਵੀ ਬੋਰੀ ਉਦੋਂ ਦੀ ਲਿਫਟ ਨਹੀਂ ਕਰਾਈ। ਵਾਰ ਵਾਰ ਪ੍ਰਸ਼ਾਸਨ ਨੂੰ ਕਿਹਾ, ਪਹਿਲਾਂ ਇੰਸਪੈਕਟਰ ਦੀਆਂ ਤਰਲੇ ਕਰਦੇ ਰਹੇ ਹਾਂ, ਫਿਰ SDP ਨੂੰ ਕਿਹਾ, ਤਹਿਸੀਲਦਾਰ ਨੂੰ ਕਿਹਾ, DFC ਨੂੰ ਕਿਹਾ, DCC ਨੂੰ ਕਿਹਾ, ਸਾਡੀ ਕਿਸੇ ਕੋਈ ਗੱਲ ਨਹੀਂ ਸੁਣੀ। ਸਾਡੀਆਂ ਬੋਰੀਆਂ ਉਸੇ ਤਰ੍ਹਾਂ ਹੀ ਪਈਆਂ ਐਜਟ ਪਈਆਂ ਹੋਈਆਂ ਨੇ। ਰਾਤ ਨੂੰ ਚੋਰੀ ਹੁੰਦੀ ਆ, ਨਸ਼ੈੜੀ ਬੰਦੇ ਜਿਹੜੇ ਰਾਤ ਨੂੰ ਆਉਂਦੇ, ਦੋ ਚਾਰ ਰਲ ਕੇ ਕਾਪੇ ਉਹਨਾਂ ਦੇ ਕੋਲ ਹੁੰਦੇ ਨੇ, ਲੇਬਰਾਂ ਨੂੰ ਮਾਰਦੇ ਨੇ, ਖੋਹ ਕੇ ਲੈ ਜਾਂਦੇ ਨੇ ਬੋਰੀਆਂ, ਚੁੱਕ ਕੇ ਲੈ ਜਾਂਦੇ ਨੇ। ਕੋਈ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਜੇ ਅਸੀਂ ਪੁਲਿਸ ਕੋਲ ਜਾਂਦੇ ਹਾਂ ਵੀ ਸਾਡੀਆਂ ਰਾਤੀ 10 ਬੋਰੀਆਂ ਚੁੱਕੀਆਂ ਗਈਆਂ ਨੇ, ਆਹ ਮੋਟਰਸਾਈਕਲ ਫੜਿਆ, ਇਹਦਾ ਪਰਚਾ ਦਰਜ ਕਰੋ, ਕੋਈ ਪਰਚਾ ਦਰਜ ਨਹੀਂ ਕਰਦਾ, ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ। ਅੱਜ ਅੱਕੇ ਹੋਏ ਸਾਰੇ ਕਿਸਾਨਾਂ ਨੇ, ਆੜ੍ਹਤੀਆਂ ਨੇ, ਮਜ਼ਦੂਰਾਂ ਨੇ, ਰਲ ਕੇ ਸਾਰਿਆਂ ਨੇ ਕਿਸਾਨ ਯੂਨੀਅਨ ਦਾ ਸਾਥ ਲੈ ਕੇ ਇੱਥੇ ਅੱਜ ਅਸੀਂ ਧਰਨਾ ਲਾਇਆ ਹੋਇਆ। ਇਹ ਜਿਹੜਾ ਟੈਂਡਰ ਦਾ ਰੇੜਕਾ ਚਾਰਦਾ ਬੜੇ ਦਿਨ ਹੋ ਗਿਆ, ਖਰੀਦ ਨੂੰ ਕਾਫੀ ਲੰਮਾ ਸਮਾਂ ਹੋ ਗਿਆ, ਤੇ ਕੀ ਵੱਲੋਂ ਟੈਂਡਰ ਘੱਟ ਚ ਪਿਆ, ਕੀ ਮਾਮਲਾ ਕੀ ਆ ਜੀ? ਇਹ ਜੀ ਮਾਮਲਾ ਇਹ ਆ, ਜਿਹੜੀ ਸਰਕਾਰ ਨੇ, ਸਰਕਾਰ ਦੇ ਜਿਹੜੇ MLA ਨੇ, MLA ਨੇ ਆਪਦੇ ਗਾਂ ਜਿਹੜੇ ਚਮਚੇ ਜਾਂ ਗਿਨਲੋ ਜਾਂ ਜਿਹੜੇ ਉਹਨਾਂ ਫੀਲੇ ਨੇ ਉਹਨਾਂ ਦੇ ਨਾਂ ਤੇ ਟੈਂਡਰ ਪਾਏ ਹੋਏ ਨੇ। ਉਹਨਾਂ ਕੋਲ ਗੱਡੀ ਇੱਕ ਵੀ ਨਹੀਂ ਹੈਗੀ, ਲੋਅ ਰੇਟ ਤੇ ਪਾ ਕੇ ਟੈਂਡਰ, ਤੇ ਗੱਡੀਆਂ ਵਾਲਿਆਂ ਦਾ ਸ਼ੋਸ਼ਣ ਕਰ ਰਹੇ ਨੇ। ਗੱਡੀਆਂ ਵਾਲੇ ਗਾਂ ਕੇ ਆੜਤੀਆਂ ਤੋਂ ਪੈਸੇ ਮੰਗਦੇ ਆ ਵੀ ਸਾਨੂੰ ਜੇ 25 ਰੁਪਏ ਉਧਰੋਂ ਮਿਲਣੇ ਨੇ, 10 ਰੁਪਏ ਗੱਡਾ ਤੁਸੀਂ ਦਿਓ ਤਾਂ ਤੁਹਾਡਾ ਮਾਲ ਚੁੱਕਾਂਗੇ, ਅਸੀਂ 10 ਰੁਪਏ ਗੱਡਾ ਕਿੱਥੋਂ ਦੇ ਦਈਏ? ਆੜਤੀਆਂ ਕੋਲ ਕੋਈ ਇੰਨੇ ਵਾਧੂ ਪ੍ਰੋਪਰਟੀ ਨਹੀਂ ਹੈਗੀ ਵੀ ਆਪਦੀ ਪ੍ਰੋਪਰਟੀ ਵੇਚ ਕੇ ਇਹ ਮਾਲ ਸਰਕਾਰ ਦਾ ਚੁਕਾਇਆ ਜਾਵੇ। ਮਗਰੋਂ ਨਾ ਤਾਂ ਕੋਈ ਪ੍ਰਧਾਨ ਹੀ ਆ, ਸਰਕਾਰ ਨੇ ਚੱਕ ਜਿੰਨੀਆਂ ਤੋੜੀਆਂ ਹੈ, ਇਹ ਇੱਕ ਠੇਕੇਦਾਰ, ਸਰਕਾਰਾਂ ਨਵੀਆਂ ਆਈਆਂ ਜਦੋਂ ਕਾਂਗਰਸ ਆਈ ਆ ਉਦੋਂ ਇਹਨਾਂ ਟਰੱਕ ਜਿੰਨੀਆਂ ਜਿਹੜੇ ਪੁਰਾਣੇ ਬੰਦੇ ਉਹਨਾਂ ਦਾ ਖੋ ਗਏ, ਘੱਟ ਟੈਂਡਰ ਕਰਕੇ 3-3, 4-4 ਟੈਂਡਰ ਭਰ ਕੇ ਤੇ ਮਾਲ ਮੰਡੀਆਂ 'ਚ ਰੁਲਦਾ, ਇਹ ਕੋਈ ਜ਼ਿੰਮੇਵਾਰ ਨਹੀਂ ਗੇ। ਪਤਾ ਨਹੀਂ ਸਰਕਾਰ ਦੀ ਮਿਲੀ ਭੁਗਤਾ ਜਾਂ ਅਫਸਰਾਂ ਦੀ ਮਿਲੀ ਭੁਗਤਿਆ। 5 ਮੰਡੀਆਂ ਵਾਸਤੇ ਅਸੀਂ ਆੜਤੀਏ ਬੈਠੇ ਹਾਂ, ਘੱਟ ਤੋਂ ਘੱਟ 7-8 ਲੱਖ ਦੇ ਅੰਦਾਜ਼ਾ ਬੋਰੀ ਹੋਊ 5 ਮੰਡੀਆਂ 'ਚ। ਇੱਕ ਵੀ ਬੋਰੀ ਲਿਮਟ ਨਹੀਂ ਕਿਸੇ ਨੇ ਕੀਤੀ, ਟੈਂਡਰ ਘੱਟ ਭਰਿਆ, ਜਦੋਂ ਜਿਹਦੀ ਇਹ ਪਾਰਟੀਆਂ ਬਣਾ ਕੇ ਨਾ ਕਮੇਟੀਆਂ ਬਣਾ ਕੇ, ਟਰੱਕ ਯੂਨੀਅਨ ਤਾਂ ਹੈ ਹੀ ਨਹੀਂਗੀਆਂ, ਅਤੇ ਹੁਣ ਇੱਕ ਵੀ ਬੋਰੀ ਨਹੀਂ ਚੁੱਕੀਤੀ। ਇਹ 13 ਤਰੀਕ ਦੀ ਸਾਡੀ ਪਰਚੇਜ ਚੱਲਣ ਦੀ ਆ ਅਤੇ ਅੱਜ 25 ਤਰੀਕ ਹੋ ਗਈ ਆ, ਸਾਡੀਆਂ ਮੰਡੀਆਂ ਚੋਰੀਆਂ ਵੀ ਹੋਣ ਡੀਆਂ, ਸਾਡੀਆਂ ਲੇਬਰਾਂ ਭੱਜਣ ਨੂੰ ਵੀ ਤਿਆਰ ਆ। ਅਸੀਂ ਸਰਕਾਰ ਤੋਂ ਖੜਾ ਛਡਾਉਂਦੇ ਹਾਂ ਵੀ ਅਸੀਂ ਲੇਬਰ ਦਾ ਖਰਚਾ ਸਟੈਕ ਅਸੀਂ ਲਾ ਦਿੰਦੇ ਹਾਂ, ਸਟੈਕ ਆ, ਸਰਕਾਰ ਆਪਦਾ ਚੌਂਕੀਦਾਰ ਭਾਵੇਂ ਆਪਦੀ ਲਦਾਈ ਕਰੇ, ਅਸੀਂ ਇੱਕ ਦਮ ਹੀ ਲੈਣੀ ਆੜਤੀਆਂ ਨੇ। ਕੱਲ ਅਸੀਂ DC ਸਾਹਿਬ ਕੋਲ ਗਏ, ਪਰ DC ਸਾਹਿਬ ਜਾਂਦੇ ਨੂੰ ਉੱਠ ਗਿਆ ਸੀ, ਅਸੀਂ DFC ਦੇ ਬੂਹੇ ਅੱਗੇ ਵੀ ਬਹਿ ਰਹੇ, ਸਾਡੀ ਉਹਨੇ ਕੋਈ ਸੁਣਵਾਈ ਨਹੀਂ ਕੀਤੀ। ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਇਹ ਸਰਕਾਰ ਆਪ ਢੋਵੇ, ਸਰਕਾਰ ਰੇਟ ਬਣਾਵੇ ਇਹਦਾ, ਫਿਰ ਇਹ ਮਾਲ ਢੁੱਕੇ, ਜਾਂ ਸਰਕਾਰ ਇਹਨੂੰ ਸੰਭਾਲੇ, 7 ਸਟੈਕ ਲੈ ਲੈ ਮੰਡੀਆਂ 'ਚ। ਮਲਕੀਤ ਸਿੰਘ, ਕਿਸਾਨ ਮਜ਼ਦੂਰ ਮੋਰਚੇ ਦਾ ਮੈਂ ਸੂਬਾ ਪ੍ਰਧਾਨ ਹੈ। ਅਸੀਂ ਜੋ ਅੱਜ ਧਰਨਾ ਲਾਇਆ ਆੜਤੀਆਂ ਦੇ ਮਜ਼ਦੂਰਾਂ ਦੇ, ਜਿਹੜੀ ਲਿਫਟਿੰਗ ਨਹੀਂ ਹੋ ਰਹੀ ਆੜਤੀਏ ਨੂੰ, 12 ਤਰੀਕ ਤੋਂ ਜੋ 14 ਤਰੀਕ ਤੋਂ ਜਿਹੜੀ ਬੋਲੀ ਹੋਈ ਹੈ, ਹੁਣ 25 ਤਰੀਕ ਹੋ ਗਈ, ਇਹਦੀ ਕੋਈ ਲਿਫਟਿੰਗ ਨਹੀਂ ਹੋਈ, ਅੱਗੇ ਨਾਲੋਂ ਨਾਲ ਲਿਫਟ ਪਿੱਛੇ ਹੁੰਦੀ ਸੀ, ਅਤੇ ਇਹ ਕਿਸਾਨ ਵੀ ਆੜਤੀਆ ਵੀ ਵਿਹਲਾ ਹੋ ਜਾਂਦਾ ਸੀ, ਅਤੇ ਮਜ਼ਦੂਰ ਵੀ ਜਿਹੜੇ ਵਿਹਲੇ ਹੋ ਗਏ, ਆਪਣੇ ਘਰਾਂ ਨੂੰ ਜਾਣ 'ਤੇ ਕੰਮ ਕਾਰ ਹੋਰ ਕਰਨਾ ਨੇ, ਉਹਨਾਂ ਨੇ ਤੂੜੀਆਂ ਅਤੇ ਲੇਬਰ 'ਤੇ ਪੈਸੇ ਬਣਾਉਣੇ ਆ ਜਾ ਕੇ, ਉਹ ਵੀ ਉਹਨਾਂ ਦੇ ਨਹੀਂ ਜਾ ਕੇ ਬਣਾਇਆ ਜਾਂਦਾ, ਹੋਰ ਕਾਰੋਬਾਰ ਕਰਨੇ। ਕਈ ਮਜ਼ਦੂਰਾਂ ਨੇ ਆੜਤੀਏ ਤੋਂ ਪੈਸੇ ਲੈ ਕੇ ਆਪਣਾ ਘਰ ਮਕਾਨ ਦੀ ਰਿਪੇਅਰ ਕਰਨੀ, ਅਤੇ ਅੱਗੇ ਝੋਨੇ ਦੀ ਲਵਾਈ ਦਾ ਉਹਨਾਂ ਕੰਮ ਕਰਨਾ ਹੁੰਦਾ ਹੈ। ਇਹ ਜਿਹੜਾ ਕਣਕ ਥੱਲਿਓਂ ਮੀਂਹ ਪੈਣ ਕਰਕੇ ਥੱਲਿਓਂ ਬੋਰੀਆਂ ਗਲਦੀਆਂ ਅਤੇ ਖਰਾਬ ਹੁੰਦੀਆਂ ਜਾਣੀਆਂ, ਜੋ ਇਹਦੇ 'ਚ ਘਾਟਾ ਪਏਗਾ ਮੁੜ ਕੇ ਕਿਸਾਨ 'ਤੇ ਆੜਤੀਏ 'ਤੇ ਭਾਰ ਪੈਣਾ ਹੈ, ਜੇ ਆੜਤੀਏ 'ਤੇ ਸਰਕਾਰ ਭਾਰ ਪਾਏ ਇਹਦੇ ਕਿਸਾਨ 'ਤੇ ਵੀ ਪੈਣਾ ਹੈ। ਅੱਜ ਅਸੀਂ ਇਸੇ ਕਰਕੇ ਆੜਤੀਏ ਐਸੋਸੀਏਸ਼ਨ ਦਾ ਜੋ ਸਾਰ ਕਿਸਾਨ ਯੂਨੀਅਨ ਦਾ ਦੇ ਰਹੀਆਂ ਹੈ, ਕਿਸਾਨ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਮੋਰਚਾ ਪੰਜਾਬ,
किसान भारती किसान यूनियन ब्राह्म के एक होर भी क्रांतिकारी वाले भी इत्थे नाल ने जिन्नियां भी असीं किसान है जथेबंदियां इन्हां दा डीसी साहब तो एसडीएम साहब तो यह करते हैं जिहड़ा घट रेट से टेंडर दिता गया है उस रेट के उत्ते ट्रकों नूं कोई वारा नहीं खांदा ट्रक आउण नूं तैयार नहीं आ टेंडर नूं रद्द करके आढ़तियां नाल समझौता किया जाए जां उन्हां कहा भी इत्थे आपदा जोड़ लैण पलंथ ला लैण भी आढ़तियां नूं ते लेबर नूं फर किया जाए ते जां इन्हां नूं करके पहला जिहड़ा टेंडर दिता उन्हां नूं करके ते आढ़तियां नाल समझौता करके आढ़तियां नूं जिम्मेदारी दे दित्ती जाए पहुंचाउण दी। ਸਾਡੀ 13 ਤਰੀਕ ਦੀ ਪਰਚੇਜ ਹੋਈ ਮੰਡੀਆਂ ਦੇ ਵਿੱਚੋਂ ਅੱਜ ਤੱਕ ਕਿਸੇ ਨੇ ਇੱਕ ਬੋਰੀ ਵੀ ਨਹੀਂ ਚੁੱਕੀ ਸਰਕਾਰ ਨੇ ਲਿਫਟਿੰਗ ਨਾ ਕਰਨ ਕਰਕੇ ਧਰਨਾ ਲਾਇਆ ਸਰਕਾਰ ਦੇ ਟੁੱਕੜ ਬੋਝ ਜਿਹੜੇ ਆ ਇਹਨਾਂ ਨੇ ਘੱਟ ਰੇਟ ਤੇ ਟੈਂਡਰ ਪਾਤੇ ਆ ਜਿਨ੍ਹਾਂ ਕੋਲ ਇੱਕ ਸਾਈਕਲ ਵੀ ਨਹੀਂ ਹੈਗਾ ਗੱਡੀ ਦੀ ਗੱਲ ਤਾਂ ਦੂਰ ਦੀ ਆ ਉਹਨਾਂ ਨੇ ਟੈਂਡਰ ਪਾਤੇ ਭੁੱਖੇ ਨੰਗੇ ਬੰਦਿਆਂ ਨੇ सस्ते सस्ते रेटा टेंडर पाते साडे माल नहीं ढोंदे गड्डियां वाले वह सस्ते रेट से साडे तो जाके ट्रकों वाले पैसे मंगते नाल हथों पैसे मंगते फिर जाके वो माल ढोंदे आ क्यों उन्होंने भी सच्चे उन्हों का घर नहीं पूरा हुंदा ट्रकों वाले का कोई ग्रह नहीं सिर्फ इन्हां टुकड़ भोजां का ग्रह इन्होंने सस्ते रेटा टेंडर पा के मंडियां रोलतियां MLA दी नाल सारे रल के इन्हां ने सरकारी नुमाइंदियां ने MLA ने रल के टेंडर पाए आ सस्ते रेटा टेंडर पाए आ साडे गरीबां का खून निचोड़न दा आ इसे करके ही अज हड़प के फिरोजपुर रोड मल्ला सारे पांच छे मंडिया तो कट्ठे होके किसानों ने धरना लाया सानू मतलब अं आप धुप्पे बैठे हाँ कोई साड़ी अफसर गल नहीं सुन ली तैयार कल अं DM को गए हाँ DM ने सानू बूहे के बह के उठ के बूहा मार के भज के अपने दफ्तर चो बाहर निकल गया तकालों तक अं बैठे रहे आया ही नहीं कोई साड़ी गल सुन ली तैयार नहीं जे इस तरह करते रहे जे साडा को आढ़तिया आत्महत्या कर गया मर गया तो सरकार तो प्रशासन वह जिम्मेवार होगा ਅਸੀਂ ਬਿਲਕੁਲ ਸਾਰੀ ਤਰ੍ਹਾਂ ਇਸੇ ਤਰ੍ਹਾਂ ਵੱਡੇ ਰੋਡ ਹੋਰ ਵੱਡਾ ਸਖਰਚ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਰੇਲ ਰੋਕਣ ਅੰਦੋਲਨ ਵੀ ਕਰਾਂਗੇ ਜੇ ਸਰਕਾਰ ਨੇ ਸਾਡੀ ਮੱਲ ਨਾ ਮੰਗੀ ਇਹ ਜੀ ਸਾਡਾ ਆੜਤੀਆਂ ਯੂਨੀਅਨ ਦਾ ਅੱਜ ਧਰਨਾ ਲਾਉਣ ਦਾ ਇਹ ਮਤਲਬ ਹੈਗਾ ਵੀ ਸਾਡੀ ਮੰਡੀ ਦੇ ਵਿੱਚ ਪਰਚੇਜ ਹੋਈ 13 ਤਰੀਕ ਦੀ ਅੱਜ ਹੋ ਗਈ ਹੈ ਜੀ 25 ਤਰੀਕ ਇੱਕ ਵੀ ਗੱਟਾ ਜਿਹੜਾ ਸਿੰਗਲ ਗੱਟਾ ਨਾ ਪੰਜਾਂ ਮੰਡੀਆਂ ਦੇ ਵਿੱਚੋਂ ਲਿਫਟ ਨਹੀਂ ਹੋਇਆ ਇਹ ਲਿਫਟਿੰਗ ਦੀ ਜਿਹੜੀ ਪ੍ਰੋਬਲਮ ਦੀ ਵਜ੍ਹਾ ਕਰਕੇ ਅਸੀਂ ਜਿਹੜਾ ਅੱਜ ਇਹ ਧਰਨਾ ਰੋਡ ਦੇ ਵਿੱਚ ਦਿੱਤਾ ਆ ਤੇ ਇਸ ਤੋਂ ਇਲਾਵਾ ਸਾਡੀ ਇਹ ਵੱਡੀ ਪ੍ਰੋਬਲਮ ਹੁਣ ਇਹ ਬਣ ਗਈ ਹੈ ਵੀ ਮੰਡੀਆਂ ਦੇ ਵਿੱਚ ਜਿਹੜੀ ਭਰਾਈ ਦਾ ਕੰਮ ਹੈ ਉਹ ਤਕਰੀਬਨ ਹੁਣ ਬੰਦ ਹੋ ਚੁੱਕਾ ਹੁਣ ਇੱਥੇ ਕੀ ਰਹਿ ਗਿਆ ਵੀ ਰਾਖੀ ਦਾ ਕੰਮ ਜਿਹੜਾ ਹੁਣ ਲੇਬਰ ਜਿਹੜੀ ਉਹ ਵੀ ਅੱਧੀ ਚਲੇਗੀ ਤੇ ਅੱਧੀ ਲੇਬਰ ਰਹਿ ਗਈ ਹੈ ਉਹਦੀ ਵਜ੍ਹਾ ਨਾਲ ਮੰਡੀ ਦੇ ਵਿੱਚ ਚੋਰੀਆਂ ਬੜੀਆਂ ਹੋ ਰਹੀਆਂ ਨੇ ਜਿਹੜੀ ਹੈਗੀ ਮੰਡੀ ਦੇ ਵਿੱਚ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਮੰਡੀਆਂ ਦੇ ਵਿੱਚ ਗੁਰਗੀਆਂ ਪਈਆਂ ਨੇ ਵੱਡੀ ਪੱਧਰ ਤੇ ਉਹਨਾਂ ਦੀ ਘਾਟ ਵੀ 38 ਪੈਸੇ ਤੇ ਸਾਰ ਨੇ ਹਾਂਜੀ ਉਹਦੀ ਜਿਹੜੀ ਘਾਟ ਹੈ ਉਹ ਬਿਲਕੁਲ ਆੜਤੀਆਂ ਨੂੰ ਪੈਂਦੀ ਹੈ ਜੀ ਹੁਣ ਇਸ ਟਾਈਮ ਜਾ ਕੇ ਤੁਸੀਂ ਗੱਟਾ ਤੋੜ ਕੇ ਵੇਖ ਲਓ ਅੱਧਾ ਅੱਧਾ ਕਿਲੋ 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 ਬੋਰੀ ਵੈਸੇ ਘਟੀ ਪਈ ਹੈ ਉਹ ਜਿਹੜੀ ਹੁਣ ਉਹਨੀ ਤਾਂ ਸਾਨੂੰ ਦਾਮ ਹੀ ਨਹੀਂ ਬੰਨੀ ਜਿੰਨੀ ਸਾਨੂੰ ਉੱਥੇ ਘਾਟ ਪੈ ਜਾਣੀ ਮੰਡੀ ਦੇ ਵਿੱਚ ਪਤਾ ਲੱਗਾ ਵੀ ਕੱਲ ਪਰਸੋਂ ਕੋਈ ਚੋਰੀਆਂ ਵੀ ਹੋ ਰਹੀਆਂ ਨੇ ਵੱਡੀ ਪੱਧਰ ਤੇ ਹਾਂਜੀ ਚੋਰੀਆਂ ਹੋ ਰਹੀਆਂ ਨੇ ਜੀ ਰਾਤੀ ਅਸੀਂ ਚੋਰ ਮੌਕੇ ਤੇ ਫੜਿਆ ਚੋਰ ਦਾ ਮੋਟਰਸਾਈਕਲ ਵੀ ਫੜਿਆ ਜਿਹੜਾ ਅਸੀਂ ਥਾਣੇ ਦੇ ਦਿੱਤਾ ਤੇ ਨਾਲ ਜਿਹੜੀ ਇਹੋ ਦੇ ਕੋਲੋਂ ਕਣਕ ਫੜੀ ਸੀਗੀ ਦੋ ਗੱਟੇ ਮੋਟਰਸਾਈਕਲ ਦੇ ਉੱਤੇ ਲੱਦੀ ਹੋਈ ਬਰਾਮਦ ਹੋਈ ਉਹ ਵੀ ਅਸੀਂ ਥਾਣੇ ਦੇ ਦਿੱਤੀ ਹੈ ਹੁਣ ਅਗਲੀ ਕਾਰਵਾਈ ਜਿਹੜੀ ਉਹ ਪੁਲਿਸ ਨੇ ਕਰਨੀ ਹੈ ਜੀ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੀ ਜਾਂ ਤਾਂ ਸਾਨੂੰ ਗੱਡੀਆਂ ਦੇਣ ਤੇ ਸਾਡੇ ਕੋਲੋਂ ਮਾਲ ਲੋਡ ਕਰਵਾ ਕੇ ਤੇ ਲੈ ਜਾਣ ਤੇ ਜਾਂ ਫਿਰ ਸਾਡੇ ਕੋਲੋਂ ਇਹ ਐਂ ਕਰਨ ਵੀ ਗਿਣਤੀ ਕਰਵਾ ਲੈਣ ਅਸੀਂ ਇੱਥੇ ਇਹਨਾਂ ਨੂੰ ਸਟੈਕ ਲਾ ਦਿੰਦੇ ਤੇ ਸਟੈਕਾਂ ਦੀ ਲੇਬਰ ਵੀ ਅਸੀਂ ਆਪਦੇ ਪੱਲਿਓਂ ਦੇ ਦਿੰਦੇ ਹਾਂ ਤੇ ਸਾਡੇ ਕੋਲੋਂ ਗਿਣਤੀ ਲੈ ਲੈਣ ਤੇ ਸਾਡਾ ਜਿਹੜਾ ਖਹਿੜਾ ਛੱਡਣ ਤੇ ਅਸੀਂ ਤਾਂ ਉੱਥੇ ਬੜੇ ਫਸੇ ਹੋਏ ਹਾਂ ਜੀ ਬੋਰੀਆਂ ਥੱਲੋਂ ਸਾਰੀਆਂ ਪਾਟੀ ਜਾਂਦੀਆਂ ਨੇ ਲੇਬਰਾਂ ਭੱਜ ਗਈਆਂ ਨੇ ਹੁਣ ਦੋ ਦੋ ਚੌਧਰੀ ਰਹਿ ਗਏ ਨੇ ਉਹਨਾਂ ਕੋਲੋਂ ਰੋਜ਼ ਮਾਲ ਰਾਤ ਨੂੰ ਚੋਰੀ ਹੋ ਰਿਹਾ ਉਹ ਸਾਰਾ ਆੜਤੀਆਂ ਨੂੰ ਠੋਕ ਰਿਹਾ ਜੀ ਦਸਮਾ ਨਿਊਜ਼ ਲਈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ।